प्रधान कौन निकलेगा लिफाफे पिछले अज कह प्रधान बनेगा असि बहुत बारी सुनते रहे भावे मेरी भी चोन होंगी इन्ने साल उन्होंने पार्टी में रह के सेवा की है किन्नी बार उन्होंने मंत्री का मौका बन दिता है एम एल ए टिकटा दती है अपने प्रधानगी एच ई पी सी चार बार बन गए है सारा मान उन्होंने मिले कई लोग है जिन्हें जिन्हों को ऐसी अपॉर्चुनिटी मिली भी नहीं जिनी उन्होंने मिली है पहले तो मैंने दसो बी बी पी का की कसूर थी जो उन्हें कहता मैं लड़नी इलेक्शन हर डेमोक्रेटिक पार्टी हक है हरेक बंद का उन्होंने करता चलो उन्होंने इंटरनल मसला है उन्होंने जो मर्जी करे लेकिन मैं तुम दसदा तो इस वक्त हर बंदा हर शख्स सुखबीर दी आंटी सिख राजनीति दी निगाह अज इस गल ते टिकी हुई है कि बीबी जगीर कौर चंडीगढ़ विखे पार्टी दफ्तर विच हाजिर हुंदे ने जां फिर नहीं श्रोमणी गुरुद्वारा प्रबंधक कमेटी दी साबका प्रधान बीबी जगीर कौर ने अपनी ही पार्टी दे खिलाफ बगावत दा बिगल वजा दिता है कि बीबी जी अज चंडीगढ़ दफ्तर विखे पेश हुंदे ने जां फिर नहीं इस गल बारे हर कोई चर्चा कर रही है जबकि बीबी ने जलंधर विखे प्रेस कॉन्फ्रेंस करके अकाली दल बादल ते कई तरह दे सवाल खड़े कर दिते ने मैं प्रधान साहब दे कोल एक गल कही सी कि संगतां दे विच आम तौर ते चर्चा है कि जदों भी साडी चोण हुंदी है ते सानूं आम ही पुछदे रहिंदे है कि प्रधान कौन निकलेगा लिफाफे विचों अज कहिंदा प्रधान बनेगा असि बहुत बारी सुनते रहे भावे मेरी भी चोन होंगी सी हमेशा कहते बीबी जी तुसी निकलोगे कि होर कोई निकलेगा इस तरह की लोगों के परसैप्शन बनी सी जिहड़ी मैं सोचा कि अज श्रोमणी अकाली दल भी बहुत हाशिए वल नूं गया होया है श्रोमणी गुरुद्वारा प्रबंधक कमेटी के बहुत सारे किंतु परंतु होंगे है ਤਾਂ ਕਿਉਂ ਨਾ ਆਪਾਂ ਕੁਝ ਜਿਹੜੇ ਸੁਧਾਰ ਹੈ ਸੰਗਤਾਂ ਦੇ ਵਿੱਚੋਂ ਆਉਂਦੇ ਹੈ ਸੁਣੇ ਜਾਂਦੇ ਹੈ ਉਹ ਸੁਧਾਰ ਸਟੈਪ ਬਾਈ ਸਟੈਪ ਕਰਨੇ ਸ਼ੁਰੂ ਕਰੀਏ ਪਹਿਲਾਂ ਮੈਂ ਮੈਂਬਰ ਸਾਹਿਬਾਨਾਂ ਦੇ ਨਾਲ ਮੀਟਿੰਗ ਕੀਤੀ ਇਕੱਲੇ ਇਕੱਲੇ ਨਾਲ ਘਰਾਂ 'ਚ ਜਾ ਕੇ ਫੀਡਬੈਕ ਲਈ ਫੀਡਬੈਕ ਲੈਣ ਤੋਂ ਬਾਅਦ ਉਹ ਜਿਹੜੀ ਸਾਰੀ ਸੰਗਤਾਂ ਦੇ ਵਿੱਚੋਂ ਆਵਾਜ਼ ਆਈ ਉਹ ਇਹੀ ਸੀ ਕਿ ਆਮ ਚਰਚਾ ਇਹਨਾਂ ਗੱਲਾਂ ਦੀ ਬਹੁਤ ਹੈ ਜਦੋਂ ਅਸੀਂ ਇੱਕ ਕਮੇਟੀ ਬਣਾਈ ਸੀ ਜਿਹਨੂੰ ਸਰਦਾਰ ਕੁਮਾਰ ਸਿੰਘ ਜੀ ਚੁਣਦਾ ਸਾਹਿਬ ਉਹਨੂੰ ਕਨਵੀਨਰ ਸਨ ਉਹ ਵੀ ਸਾਰੇ ਪੰਜਾਬ ਚ ਘੁੰਮੇ ਸਾਰੇ ਪੰਜਾਬ ਦੇ ਲੋਕਾਂ ਦੀ ਵਰਕਰਾਂ ਦੀ ਆਵਾਜ਼ ਸੁਣੀ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਪੁਆਇੰਟ ਆਏ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿਆਸਤ ਭਾਰੀ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਗੱਲਾਂ ਅੰਦਰ ਖੜ ਕੇ ਕੋਸ਼ਿਸ਼ ਮੈਂ ਕੀਤੀ ਕਿ ਆਹ ਸੁਨੇਹਾ ਜਿਹੜਾ ਇਹ ਸੰਗਤਾਂ ਵਿੱਚੋਂ ਆਇਆ ਇਹਨੂੰ ਥੋੜਾ ਜਿਹਾ ਆਪਾਂ ਸੁਧਾਰ ਕਰਨਾ ਸ਼ੁਰੂ ਕਰ ਦਈਏ ਚਲੋ ਖੈਰ ਬਹੁਤ ਸਾਰੇ ਤੁਹਾਡੇ ਮਨਾਂ 'ਚ ਵੀ ਹੋਣਗੇ ਕਿ ਤੁਸੀਂ ਇੰਨੇ ਚਿਰ ਦੀ ਪਹਿਲਾਂ ਗੱਲ ਕਿਉਂ ਨਹੀਂ ਸੀ ਕਰਦੀ ਰਹੀ ਹੈ ਬਹੁਤ ਵਾਰੀ ਕੀਤੀ ਔਰ ਇੱਥੋਂ ਤੱਕ ਕਿ ਕੋਈ ਵੀ ਸਟੈਂਡ ਹੋਇਆ ਜੇ ਗੁਰਮਤਿ ਦਾ ਕਾਣਕੇ ਦੇ ਸ਼੍ਰੀ ਅਕਾਲਦਰ ਸਾਹਿਬ ਜੀ ਜਥੇਦਾਰ ਜੀ ਨੇ ਕੀਤਾ ਮੈਂ ਉਹ ਵੀ ਸਟੈਂਡ ਲਿਆ ਔਰ ਜਥੇਦਾਰ ਸ਼੍ਰੀ ਅਕਾਲਦਰ ਸਾਹਿਬ ਨੂੰ ਗੁਰਮਤਿ ਦੇ ਕਾਣ ਕਰਕੇ ਲਾਂਘੇ ਵੀ ਹੋਣਾ ਪਿਆ ਇਸੇ ਤਰ੍ਹਾਂ ਜੇ ਕਿਤੇ ਹੋਰ ਗੁਰਮਤਿ ਦੇ ਖਿਲਾਫ ਕੋਈ ਕਾਰਜ ਹੋਏ ਹਮੇਸ਼ਾ ਡਟ ਕੇ ਖਲੋਤੀ ਕਿ ਉਸ ਡਟ ਕੇ ਖਲੋਣ ਦਾ ਪਹਿਰੇਦਾਰੀ ਕਰਨ ਦਾ ਜੇ ਕਿਤੇ ਮੈਂ ਆਵਾਜ਼ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਰ ਇੱਕ ਨੇ ਕੋਸ਼ਿਸ਼ ਕੀਤਾ ਕਿ ਉਹਨੂੰ ਦਬਾ ਦਿੱਤੀ ਜਾਵੇ ਹੌਲੀ 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 ਮਨ ਵਿੱਚ ਸੀ ਕਿ ਅੱਜ ਦੇ ਅਸੀਂ ਬਹੁਤ ਮਾਰ ਖਾ ਚੁੱਕੇ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਬੜੀਆਂ ਤੋਪਤਾਂ ਲੱਗਦੀਆਂ ਨੇ ਅੱਜ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜੇ ਕਿੰਤੂ ਪ੍ਰੰਤੂ ਹੁੰਦੇ ਤਾਂ ਆਪਾਂ ਇਹਨੂੰ ਸੁਧਾਰ ਕਰੀਏ ਕਿਸੇ ਢੰਗ ਦੇ ਨਾਲ ਹੁਣ ਵੀ ਜੇ ਅਸੀਂ ਨਾ ਸੁਧਾਰ ਕੀਤਾ ਤੇ ਬਿਲਕੁਲ ਜਦੋਂ ਸਾਰਾ ਕੁਝ ਖਤਮ ਹੋ ਜਾਏਗਾ ਫਿਰ ਅਸੀਂ ਕਿਸ ਤਰ੍ਹਾਂ ਅੱਗੇ ਚੱਲਾਂਗੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਾਲਵਾ ਦੀ ਕਮੇਟੀ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੀ ਹੈ ਹੁਣ ਕਮੇਟੀ ਮੈਂਬਰਾਂ ਨੂੰ ਜੋੜਨ ਤੋੜਨ ਦੀ ਰਾਜਨੀਤੀ ਚੱਲ ਰਹੀ ਹੈ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਪਾਰਟੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਕੋਲ ਖੁਦ ਜਾ ਰਹੀ ਨੇ ਸੁਖਬੀਰ ਬਾਦਲ ਨੇ ਕਈ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪਾਰਟੀ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਹੈ ਦੇਖੋ ਮੈਂ ਬੀਬੀ ਜਗੀਰ ਕੌਰ ਜੀ ਨੂੰ ਅੱਜ ਵੀ ਅਪੀਲ ਕਰਦਾ ਹਾਂ ਸਾਡੇ ਪੁਰਾਣੇ ਸਤਿਕਾਰਯੋਗ ਸੀਨੀਅਰ ਲੀਡਰ ਹੈ ਪਾਰਟੀ ਨੂੰ ਤਕੜਾ ਕਰਨ ਹੁਣ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨ ਦੇ ਉਮੀਦਵਾਰ ਦੇ ਐਲਾਨ ਕਰ ਦਿੱਤਾ ਹੈ ਅਤੇ ਮੈਂ ਕਿਉਂਕਿ ਇੰਨੇ ਸਾਲ ਉਹਨਾਂ ਨੇ ਪਾਰਟੀ ਵਿੱਚ ਰਹਿ ਕੇ ਸੇਵਾ ਕੀਤੀ ਹੈ
ਕਿੰਨੀ ਵਾਰ ਉਹਨਾਂ ਨੂੰ ਮੰਤਰੀ ਦਾ ਮੌਕਾ ਬਣਨ ਨੂੰ ਦਿੱਤਾ, ਐਮ ਐਲ ਏ ਟਿਕਟਾਂ ਦਿੱਤੀਆਂ, ਆਪਣੇ ਪ੍ਰਧਾਨਗੀ ਐਚ ਜੀ ਪੀ ਸੀ ਦੀ 4 ਵਾਰ ਬਣ ਗਏ ਹੈ, ਸਾਰਾ ਮਾਣ ਉਹਨਾਂ ਨੂੰ ਮਿਲਿਆ। ਕਈ ਲੋਕ ਹੈ ਜਿਹਨੇ ਕਿਹਨਾਂ ਨੂੰ ਕੋਈ ਅਜਿਹੀ ਓਪਰਚੁਨਿਟੀ ਮਿਲੀ ਵੀ ਨਹੀਂ ਜਿੰਨੀ ਉਹਨਾਂ ਨੂੰ ਮਿਲੀ ਹੈ। ਇਸ ਕਰਕੇ ਅੱਜ ਸੈਂਟਰ ਦੀ ਸਰਕਾਰਾਂ ਦੇ ਹੱਥ ਨਾ ਚੜੀਏ, ਆਪਾਂ ਆਪਣੀ ਕੌਮ ਪੰਥ ਦੀ ਜਥੇਬੰਦੀ ਜਿਹੜੀ ਇੰਸਟੀਟਿਊਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਤੋੜਨ ਦੀ ਕੋਸ਼ਿਸ਼ ਕਰਨ ਲੱਗੇ ਹੈ। ਇਸ ਕਰਕੇ ਆਪਾਂ ਇੱਕ ਯੂਨਿਟੀ ਸ਼ੋਅ ਕਰੀਏ। 4 ਵਾਰ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਨੂੰ ਅੱਜ ਪਾਰਟੀ ਨੇ ਚੰਡੀਗੜ੍ਹ ਦਫ਼ਤਰ ਪਹੁੰਚ ਕੇ ਦੁਬਾਰਾ ਜਵਾਬ ਦੇਣ ਨੂੰ ਕਿਹਾ। ਹੁਣ ਬੀਬੀ ਜਗੀਰ ਕੌਰ ਨੂੰ ਕਈ ਸਾਬਕਾ ਰਾਜਸੀ ਆਗੂਆਂ ਦੀ ਹਿਮਾਇਤ ਵੀ ਮਿਲ ਰਹੀ ਹੈ। ਪਹਿਲਾਂ ਤਾਂ ਮੈਨੂੰ ਦੱਸੋ ਵੀ ਬੀਬੀ ਦਾ ਕੀ ਕਸੂਰ ਸੀ ਜੇ ਉਹਨੇ ਕਹਿਤਾ ਮੈਂ ਲੜਨੀ ਇਲੈਕਸ਼ਨ? ਹਰ ਡੈਮੋਕ੍ਰੇਟਿਕ ਪਾਰਟੀ 'ਚ ਹੱਕ ਆ ਹਰੇਕ ਬੰਦੇ ਦਾ, ਉਹਨੂੰ ਕਰਦਾ ਚਲੋ ਉਹਨਾਂ ਦਾ ਇੰਟਰਨਲ ਮਸਲਾ, ਉਹਨਾਂ ਜੋ ਮਰਜ਼ੀ ਕਰਿਆ। ਲੇਕਿਨ ਮੈਂ ਤੁਹਾਨੂੰ ਦੱਸਦਾ ਤਾਂ ਇਸ ਵਕਤ ਹਰ ਬੰਦਾ ਹਰ ਸ਼ਖਸ ਸੁਖਬੀਰ ਦੀ ਐਂਟੀ ਹੈ, ਹਰ ਲਿਹਾਜ਼ ਨਾਲ ਸੁਖਬੀਰ ਨੂੰ, ਚਾਹੇ ਮੈਂਬਰ ਨੇ ਉਹ ਵੀ ਉਹਦੇ ਐਸ ਜੀ ਪੀ ਸੀ ਜਿੰਨੀ ਲੁੱਟੀ ਜਾ ਰਹੀ ਹੈ, ਜਿੰਨੀ ਐਸ ਜੀ ਪੀ ਸੀ ਦੇ ਔਰ ਉਹ 'ਤੇ ਵੱਡੇ ਵੱਡੇ ਫਰਾਡ ਹੋ ਰਹੇ ਨੇ, ਉਹ ਕੋਈ ਵੀ ਨਹੀਂ ਚਾਹੁੰਦਾ ਸਿੱਖ ਕਿ ਉਹਦੇ ਉਹੀ ਦੁਬਾਰਾ ਕਾਬਜ ਹੋਣ। ਨੰਬਰ 2 ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, 2 ਬੰਦਿਆਂ ਦਾ ਮਰ ਜਾਣਾ, ਸ਼ਹੀਦ ਹੋ ਜਾਣਾ, ਔਰ ਇਸ ਤੋਂ ਇਲਾਵਾ ਬੇਅਦਬੀ ਤੋਂ ਇਲਾਵਾ 328 ਸਰੂਪਾਂ ਦਾ ਪਤਾ ਹੀ ਨਾ ਹੋਵੇ ਕਿ ਹੈ ਕਿੱਥੇ ਉਹ। ਉਹਦੀ ਕਮੇਟੀ ਦੀ ਬਣੀ ਹੈ, ਜਾਇਦਾਦ ਨੇ ਬਣਾਈ, ਉਹਦੀ ਕੋਈ ਰਿਪੋਰਟ ਨਹੀਂ, ਰਿਪੋਰਟ ਆਈ ਹੋਈ ਹੈ ਬਣੀ, ਉਹਦੀ ਲਾਗੂ ਨਹੀਂ ਹੋ ਰਹੀ। ਇਸ ਕਰਕੇ ਕਿੱਥੇ ਗੁਰੂ ਕਿਹਨੂੰ ਬਖਸ਼ੇ, ਉਹਨੂੰ ਕਿਵੇਂ ਬਖਸ਼ੇ ਗੁਰੂ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤਾਂ ਸਿੱਖੀ 'ਚ ਤਾਂ ਹੈ ਹੀ ਹੈ ਕਿ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਜੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਇਸ ਤਰ੍ਹਾਂ ਕਰੇ। ਇਸ ਕਰਕੇ ਉਹਨਾਂ ਨੇ ਸਾਡਾ ਸਿਧਾਂਤਿਕ ਮਤਭੇਦ ਕੀ ਹੈ, ਮੈਨੂੰ ਕੋਈ ਸੁਖਬੀਰ ਨਾਲ ਜਾਤੀ ਰੰਜਿਸ਼ ਤਾਂ ਨਹੀਂ ਹੈ। ਗੱਲ ਇਹ ਵੀ ਸੁਖਬੀਰ ਨੇ, ਤੁਹਾਨੂੰ ਪਤਾ ਵੀ ਸਿੱਖਾਂ 'ਚ ਰਾਜਨੀਤੀ ਅਤੇ ਸਿਆਸਤ, ਧਰਮ ਅਤੇ ਸਿਆਸਤ ਇਕੱਠੇ ਨੇ, ਲੇਕਿਨ ਹਮੇਸ਼ਾ ਧਰਮ ਉੱਪਰ ਰਿਹਾ, ਉੱਪਰ ਰਿਹਾ, ਸਿਆਸਤ ਨੀਚੇ ਰਹੀ ਹੈ। ਲੇਕਿਨ ਸੁਖਬੀਰ ਦੇ ਆਉਣ ਨਾਲ ਇਹ ਹੋਇਆ ਕਿ ਉਹਨੇ ਸਾਰੇ ਸਿਆਸਤ ਉੱਪਰ ਲਿਆਉਂਦੀ ਹੈ, ਅਤੇ ਧਾਰਮਿਕ ਸੰਸਥਾਵਾਂ ਦੱਸੋ ਕਿਹੜੀਆਂ ਨੇ ਜਿਹੜੀਆਂ ਇੰਡੀਪੈਂਡੈਂਟ ਕੰਮ ਕਰ ਰਹੀਆਂ। ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਤਾਕਤ ਸਾਡੇ ਕੋਲ ਕੀ ਸੀ ਕਿ ਅਕਾਲ ਤਖ਼ਤ ਦਾ ਜਥੇਦਾਰ। ਜਥੇਦਾਰ ਅਕਾਲ ਤਖ਼ਤ ਤੋਂ ਹਰ ਚੀਜ਼ ਤੋਂ ਡਰ ਸੀ, ਹਰ ਬੰਦਾ ਕਹਿੰਦਾ ਸੀ, ਔਰ ਅੱਜ ਜਥੇਦਾਰ ਕੋਈ ਹੈ ਹੀ ਨਹੀਂ, ਜੇ ਹੈ ਤਾਂ ਉਹ ਅਡੋਕ ਹੈ। ਇੱਥੇ ਵੀ ਅਡੋਕ ਹੈ ਅਤੇ ਦਮਦਮ ਸਾਹਿਬ ਵੀ ਅਡੋਕ ਹੈ। ਮੈਨੂੰ ਦੱਸੋ ਐਡਹੋਕ ਕੋਈ ਜਥੇਦਾਰ ਕੀ ਕੰਮ ਕਰੇਗਾ? ਮੈਂ ਸਮਝਦਾ ਕਿ ਸੁਖਬੀਰ ਦਾ ਸਿਧਾਂਤਕ ਤੌਰ 'ਤੇ ਮਤਭੇਦ ਆ ਸਾਡਾ, ਉਹ ਨਾਲੇ ਉਹ ਅਸੀਂ ਵੀ ਅਕਾਲੀ ਹਾਂ, ਹੁਣ ਵੀ ਅਕਾਲੀ ਹਾਂ, ਅਕਾਲੀ ਰਹਿਣਾ ਹਮੇਸ਼ਾ ਲਈ। ਲੇਕਿਨ ਉਹ ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ, ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬੀਬੀ ਜਗੀਰ ਕੌਰ ਹੁਣ ਆਮੋ ਸਾਹਮਣੇ ਹੋ ਗਈ ਨੇ। ਅੱਗੇ ਦੀ ਸਿੱਖ ਸਿਆਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ 'ਤੇ ਨਿਰਭਰ ਕਰਦੀ ਹੈ। ਜੇ ਦੁਬਾਰਾ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣੇ ਜਾਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਂਦ ਬਰਕਰਾਰ ਹੈ, ਅਤੇ ਜੇਕਰ ਬੀਬੀ ਜਗੀਰ ਕੌਰ ਨੂੰ ਚੋਣ ਪ੍ਰਣਾਲੀ ਰਾਹੀਂ ਪ੍ਰਧਾਨ ਚੁਣਿਆ ਗਿਆ ਤਾਂ ਇਸ ਨੂੰ ਅਕਾਲੀ ਦਲ ਲਈ ਇੱਕ ਹੋਰ ਵੱਡਾ ਨੁਕਸਾਨ ਮੰਨਿਆ ਜਾਣਾ ਚਾਹੀਦਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।